ਇਲੈਕਸ਼ਨ ਕਮਿਸ਼ਨ ਨੇ ਜਿੱਥੇ ਆਪਣੀ ਈ ਵੀ ਐਮ ਮਸ਼ੀਨਾਂ ਦੀ ਜਾਣਕਾਰੀ ਦਿੱਤੀ ਆ ਕਿ ਉਹ ਟੈਂਪਰ ਪਰੂਫ ਨੇ, ਹੋ ਨਹੀਂ ਸਕਦੀਆਂ, ਉੱਥੇ ਖੁੱਲ੍ਹੀ ਚੁਣੌਤੀ ਵੀ ਦਿੱਤੀ ਆ ਕਿ ਜਿਹੜੇ ਲੋਕ ਆਪਣੀ ਹਾਰ ਤੋਂ ਬੁਖਲਾ ਕੇ ਹਾਰ ਦਾ ਠੀਕਰਾ ਇਲੈਕਸ਼ਨ ਕਮਿਸ਼ਨ ਅਤੇ ਈ ਵੀ ਐਮ 'ਤੇ ਫੋੜਨਾ ਚਾਹੁੰਦੇ ਨੇ, ਉਹਨਾਂ ਦੇ ਵਾਸਤੇ ਉਹਨਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਆ, ਆਪਣੇ ਆਈ ਟੀ ਐਕਸਪਰਟ ਲੈ ਕੇ ਆਓ, ਸਾਡੀ ਮਸ਼ੀਨ ਨੂੰ ਹੈਕ ਕਰਕੇ ਜਾਂ ਟੈਂਪਰ ਕਰਕੇ ਦਿਖਾਓ। ਮੈਂ ਇਹ ਸਮਝਦਾ ਹਾਂ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਹਾਰ ਇਸ ਕਰਕੇ ਕਰਾਈ ਕਿਉਂਕਿ ਜਿਹੜੀ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਫ੍ਰੀ ਵਾਈਫਾਈ ਦੇਣ ਦਾ ਵਾਅਦਾ ਕੀਤਾ ਸੀ, ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ ਸੀ, 550 ਸਕੂਲ ਬਣਾਉਣ ਦਾ ਵਾਅਦਾ ਕੀਤਾ ਸੀ, ਇਹੋ ਜਿਹੇ 8000 ਬੱਸਾਂ, 20 ਕਾਲਜ, ਨਵੀਆਂ ਯੂਨੀਵਰਸਿਟੀਆਂ, ਇਹ ਜੋ ਝੂਠ ਬੋਲਿਆ ਸੀਗਾ ਉਹਦੇ 'ਚੋਂ ਇੱਕ ਵੀ ਕੰਮ ਨਹੀਂ ਕਰ ਸਕੇ। ਜਗ੍ਹਾ ਜਗ੍ਹਾ ਮੁਹੱਲਾ ਕਲੀਨਿਕ, ਨਵੇਂ ਹਸਪਤਾਲ। ਸੋ ਅੱਜ ਲੋਕ ਇਸ ਗੱਲ ਤੋਂ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਵਾਸਤੇ ਇਹ ਰਸਤਾ ਅਪਣਾਇਆ, ਪਰ ਆਮ ਆਦਮੀ ਪਾਰਟੀ ਦਿੱਲੀ 'ਚ ਹੋਈ ਆਪਣੀ ਸ਼ਰਮਨਾਕ ਹਾਰ, ਅਰਵਿੰਦ ਕੇਜਰੀਵਾਲ ਦੀ ਸਾਖ ਬਚਾਉਣ ਵਾਸਤੇ ਇਸ ਨੂੰ ਵਾਰ ਵਾਰ ਈ ਵੀ ਐਮ 'ਤੇ ਫੋੜ ਰਿਹਾ। ਮੈਂ ਸਮਝਦਾ ਹਾਂ ਕਿ ਦਿੱਲੀ ਦੇ ਮਤਦਾਤਾਵਾਂ ਦੀ, ਦਿੱਲੀ ਦੇ ਵੋਟਰਾਂ ਦੀ ਇੱਕ ਤਰ੍ਹਾਂ ਦੀ ਹੀਨਤਾ, ਉਹਨਾਂ ਦੀ ਦਿੱਤੇ ਹੋਏ ਮਤ ਦੇ ਖਿਲਾਫ ਆਏ ਕੰਮ। ਸੋ ਇਲੈਕਸ਼ਨ ਕਮਿਸ਼ਨ ਨੇ ਬੜਾ ਜ਼ੋਰ ਦੇ ਕੇ ਕਿਹਾ ਹੈ ਕਿ ਜਿਹੜਾ ਇਹਨੂੰ ਸਾਬਤ ਕਰ ਜ਼ਿਆਦਾ ਕਰੇ। ਆਮ ਆਦਮੀ ਪਾਰਟੀ ਨੇ ਹਮੇਸ਼ਾ ਹੀ ਹਾਰ ਹੋਈ ਆ, ਹੁਣ ਫਿਰ ਇਸ ਮਾਮਲੇ 'ਚ ਵੀ ਹਾਰ ਹੋ। ਹੈਰ ਹੈਕਥੋਨ, ਇਹ ਹੈਕ ਕਰਨ ਵਾਸਤੇ ਮਸ਼ੀਨਾਂ ਦਿੱਤੀਆਂ ਜਾਣ, ਇਲੈਕਸ਼ਨ ਕਮਿਸ਼ਨ ਤਾਂ ਕਹਿ ਰਿਹਾ ਕਿ ਆਓ, ਜਿਹੜਾ ਜੀ ਕਰਦਾ ਆਵੇ, ਜਿਹੜੀ ਪਾਰਟੀ ਜੀ ਕਰਦਾ ਆਪਣੇ ਆਈ ਟੀ ਐਕਸਪਰਟ ਨੂੰ ਲੈ ਕੇ ਆਵੇ। ਹੁਣ ਬਹਾਨੇ ਲੱਭਣ ਵਾਸਤੇ ਕੋਈ ਨਾ ਕੋਈ ਨਵੇਂ ਨਾਮ ਕੱਢ ਕੱਢ ਕੇ ਆਮ ਆਦਮੀ ਪਾਰਟੀ ਲਿਆ ਰਹੀ ਜਿਹਦੇ ਅੰਦਰੋਂ ਸਫਲ ਨਹੀਂ ਹੋ ਸਕੂ।